ਸਤ ਸ੍ਰੀ ਅਕਾਲ ਬੇਟਾ ਜੀ ਅੱਜ ਦੇ ਵੀਡੀਓ ਚ ਅਸੀਂ ਪੋਜੀਸ਼ਨ ਟਾਈਮ ਗ੍ਰਾਫ ਵਾਸਤੇ ਇੰਟਰੋਡਕਸ਼ਨ ਕਰਨੀ ਹੈ ਸਮਝਣਾ ਹੈ ਪੋਜੀਸ਼ਨ ਟਾਈਮ ਗ੍ਰਾਫ ਕੀ ਹੈ ਕਿੱਦਾਂ ਸੀ ਡਰਾ ਕਰਦੇ ਹਾਂ ਉਸ ਤੋਂ ਪਹਿਲੇ ਇਹਨਾਂ ਦੀ ਨੀਡ ਸਮਝਣ ਵਾਸਤੇ ਅਸੀਂ ਲਾਸਟ ਵੀਡੀਓ ਚ ਤੁਹਾਨੂੰ ਇੱਕ ਐਕਸਰਸਾਈਜ਼ ਦਿੱਤੀ ਸੀ ਤੇ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਜੇ ਆਪਣੇ ਹਿਸਾਬ ਨਾਲ ਚੱリエ ਤਾਂ ਮੂਸ਼ਨ ਨੂੰ ਕਿੱਦਾਂ ਐਨਲਾਈਜ਼ ਜਾਂ ਆਬਜ਼ਰਵ ਕਰ ਸਕਦੇ ਹਾਂ ਸਟੇਟ ਲਾਈਨ 'ਚ ਜਿਵੇਂ ਐਗਜ਼ਾਮਪਲ ਬਹੁਤ ਹੀ ਸਿੰਪਲ ਐਗਜ਼ਾਮਪਲ ਲਈਏ ਮੈਥਿਕ ਫਰੇਮ ਆਫ ਰੈਫਰੈਂਸ ਲੈ ਰਹੇ ਹਾਂ اور ਇਹਦਾ ریفرنس پوائنٹ یعنی کہ زیرو ایتھے ہے 1 2 3 مان لو ڈسٹنس میٹر جو ہے ہن جڑا موشن ہو رہا ہے ایک انسان دا سوچ سکدے ہاں ایک بندے دا سوچر سکدے ہاں ہن او دکھان واسطے مینوں کی کرنا پے رہا ہے مان لو ایتھے فگر بنا کے میں دس رہا ہاں کیونکہ یہ میرا طریقہ ہے ٹھیک ہے ہر ایک سیکنڈ چ وہ 1 میٹر سٹیپ لیندا ہے یہ مان لو 0 1 2 3 میٹرز ہیں ہن ادھر گیا फिर इधर गया फिर इधर गया है ना इत फ्रेम ऑफ रेफरेंस टाइम के बिना अधूरा है तो अभी टाइम इतने उपर लिख दें जीरो टाइम लिख देते हाँ वन टाइम लिख देंगे हाँ टू टाइम लिख लेंगे हाँ थ्री बट हूँ इतने तक तो ठीक है थोड़ा सीधा समझ भी आ रहा है हम तुम देखो जे असी दूजी तरफ ये वापस होना चाहे यानी कि थ्री पोजिशन तो टी फोर से पोजिशन टू पर आना चाहे साड़ी फिगर जी है बना तो रिप्रजेंट करना मुश्किल हो जाता है इतने पहुँच गया टी इज इकल टू फोर क्योंकि देखो इतने टी इज इकल टू थ्री ही ये मैं एक लाइन से नहीं बना पाया दिखा नहीं पाया तो करके थले दिखाया है वैसे उसी लाइन पर मोशन हो रहा है फिर वो एक होर स्टैप ल किम हो गया पाँच सैकेंड असी घड़ी बंद कर दीती ज़ीरो फाइव तक ओबजरव किया ਹੁਣ ਦੇਖੋ ਮੈਂ ਤੁਹਾਨੂੰ ਜੇ ਇਹ ਫਿਗਰ ਦੇ ਦਵਾਂ ਇਹਦੇ ਨਾਲ ਕੀ ਤੁਸੀਂ ਫਿਗਰ ਨੂੰ ਸਮਝ पाओगे ਉਹਨੇ ਸਿੰਪਲ ਜਿਹਾ ਮੋਸ਼ਨ ਹੈ ਫਿਰ ਵੀ ਕਨਫਿਊਜ਼ਨ ਆ ਜਾਏਗੀ ਸਰ ਪਹਿਲੇ ਇਹ ਤਾਂ ਨਹੀਂ ਹੋਇਆ ਹੈਨਾ ਟਾਈਮ ਦੇ ਹਿਸਾਬ ਨਾਲ ਤੁਸੀਂ ਆਬਜ਼ਰਵ ਕਰਨਾ ਸ਼ੁਰੂ ਕਰੋਗੇ T1 ਕਿੱਥੇ ਹੈ T2 ਕਿੱਥੇ ਹੈ T3 ਕਿੱਥੇ ਹੈ ਹਲੇ ਤੱਕ ਸਿਰਫ 5 ਸੈਕਿੰਡ ਦੀ ਗੱਲ ਹੈ ਹੁਣ ਇਹ ਚੀਜ਼ਾਂ ਰਿਪੀਟ ਹੋਈ ਜਾਣ ਮਤਲਬ ਅਗੇ ਮੋਸ਼ਨ ਬਤਾਵਾ ਯਾਨੀ ਕਿ ਉਹ ਨੇ 6ਵੇਂ ਸਟੈਪ ਤੇ ਕੀ ਕੀਤਾ ਫਿਰ ਇਧਰ ਨੂੰ ਚਲ ਗਿਆ ਹੈਨਾ ਉਹਦੇ ਬਾਅਦ 1 ਸੈਕਿੰਡ ਬਾਅਦ ਫੇਰ ਵਾਪਸ ਆ ਗਿਆ ਹੁਣ ਦੇਖੋ ਦੇਖਣ ਨੂੰ ਹੀ ਕਿਤਨਾ ਕੰਪਲਿਕੇਟਿਡ ਲੱਗ ਰਿਹਾ ਹੈ ਪ੍ਰੋਬਲਮ ਕੀ ਆ ਰਹੀ ਹੈ ਸਰ ਸਾਨੂੰ ਪੋਜੀਸ਼ਨ ਐਂਡ ਟਾਈਮ ਕਲੀਅਰ ਨਜ਼ਰ ਨਹੀਂ ਆ ਰਿਹਾ ਡਾਇਗਰਾਮ ਚ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਹਾਲੇ ਤਾਂ ਇਹ ਸਿੰਪਲ ਹੈ ਮੈਂ ਤੁਹਾਨੂੰ ਕਹਾ ਕਿ ਇਦਾਂ ਹੀ ਕਰੀ ਜਾਵੇ ਬਾਰ-ਬਾਰ 5 ਦਫਾ ਇਦਾਂ ਹੀ ਕਰੇ ਤਾਂ ਯਾਨੀ ਕਿ ਫਿਰ 3 ਸਟੈਪ ਅੱਗੇ ਫਿਰ 2 ਸਟੈਪ ਅੱਗੇ ਫਿਰ 3 ਸਟੈਪ ਅੱਗੇ 2 ਸਟੈਪ ਅੱਗੇ ਇਹ ਡਾਇਗਰਾਮ ਬਹੁਤ ਹੀ ਸਾਡਾ ਕਨਫਿਊਜ਼ ਹੋਣਾ ਭਾਵੇਂ ਪੁਆਇੰਟ ਆਬਜੈਕਟ ਲਈ ਤਾਂ ਵੀ ਸਾਨੂੰ ਕਨਫਿਊਜ਼ਿੰਗ ਲੱਗਣਾ ਹੈ ਇਹ ਕਿਸੇ ਨੂੰ ਸਮਝਾਣਾ ਹੋਵੇ ਨਾ ਤਾਂ ਸਾਨੂੰ ਕੁਐਸਚਨ ਹੀ ਪੂਰਾ ਪੜ੍ਹਨਾ ਪੈਣਾ ਕਿ ਪਹਿਲੇ ਇੱਥੇ ਸੀਗਾ ਫਿਰ ਫਾਇਦਾ ਕੀ ਹੋਏ ਡਾਇਗਰਾਮ ਦਾ ਡਾਇਗਰਾਮ ਤਾਂ ਦੇਖ ਕੇ ਹੀ ਕੁਐਸਚਨ ਸਮਝ ਆ ਜਾਣਾ ਚਾਹੀਦਾ ਡਾਇਗਰਾਮ ਦਾ ਪਰਪਸ ਹੀ ਹੋਏ ਕਿ ਵੇਖ ਕੇ ਹੀ ਪਤਾ ਲੱਗ ਜਾਏ ਸਭ ਕੁਝ ਤਾਂ ਇੱਥੇ ਕੰਪਲਿਕੇਸ਼ਨ ਆndੀਆਂ ਹਨ ਅਸੀਂ ਟਰਾਈ ਕਰ ਸਕਦੇ ਹਾਂ ਤਾਂ ਸਮਝੰਦੀ ਬਟ ਹੁੰਦਾ ਕੀ ਹੈ ਅਸੀਂ ਆਪਣੇ ਵਾਸਤੇ ਸਮਝਦੇ ਹਾਂ ਕਿਸੇ ਹੋਰ ਨੂੰ ਵਿਖਾਉਂਦੇ ਹਾਂ ਤਾਂ ਪਿਕਚਰ ਸਮਝ ਨਹੀਂ ਪੰਦਾ ਉਹਨੂੰ ਦੱਸਣਾ ਪੈਂਦਾ ਹੈ ਕਿ ਇਹ ਬੰਦਾ ਇੱਥੋਂ ਇੱਥੇ ਗਿਆ 1 ਸੈਕਿੰਡ ਲੈਂਦਾ ਪਿਆ ਹੈ ਤਾਂ ਕਰਕੇ ਮੈਂ ਇੱਥੇ ਟਾਈਮ ਲਿਖਿਆ ਹੈ ਰਾਈਟ ਤਾਂ ਇਸੇ ਪ੍ਰੋਬਲਮ ਨੂੰ ਖਤਮ ਕਰਨ ਵਾਸਤੇ ਇਸ ਕੰਪਲਿਕੇਸ਼ਨ ਨੂੰ ਖਤਮ ਕਰਨ ਵਾਸਤੇ ਅਸੀਂ ਯੂਜ਼ ਕਰਾਂਗੇ ਪੋਜੀਸ਼ਨ ਟਾਈਮ ਗ੍ਰਾਫ ਗ੍ਰਾਫ ਕੀ ਹੈ ਇੱਕ ਲਾਈਨ ਪੁਆਇੰਟ ਕਰਵ ਹੈ ਜਿਹੜੀ ਰਿਲੇਸ਼ਨ ਦੱਸੇਗੀ ਕਿ ਦੇ ਵਿੱਚ ਵਈ ਪੋਜੀਸ਼ਨ ਤੇ ਟਾਈਮ ਦੇ ਵਿੱਚ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਹੈ ਪੋਜੀਸ਼ਨ ਟਾਈਮ ਦੱਸਣ ਦੀ ਕਿਸ ਟਾਈਮ ਤੇ ਕਿੱਥੇ ਹੈਗਾ ਫਿਗਰ ਚ ਨਹੀਂ ਦੱਸ 파ਰੇ ਉਹ ਅਸੀਂ ਪੋਜੀਸ਼ਨ ਟਾਈਮ ਗ੍ਰਾਫ ਚ ਕਰ ਸਕਦੇ ਹਾਂ ਹੁੰਦਾ ਕੀ ਹੈ ਬਹੁਤ ਹੀ ਜ਼ਿਆਦਾ ਸਿੰਪਲ ਹੈ ਤੁਸੀਂ ਇਹ ਦੱਸਣਾ ਹੈ ਇਹ ਚੀਜ਼ ਕਦੀ ਵੇਖੀ ਹੈ ਕਿ ਨਹੀਂ ਥੋੜਾ ਨੂੰ ਸੈਂਟਰ ਚ ਸੋਚिए ਠੀਕ ਹੈ ਇਦਾਂ ਦੀ ਕੋਈ ਚੀਜ਼ ਤੁਸੀਂ ਛੋਟੀ ਕਲਾਸਾਂ ਚ ਵੇਖੀ ਹੈ ਕਿ ਨਹੀਂ ਯਾਦ ਆਇਆ हाँ सर इन असी कहते एक्स एक्सिस है ना और इनू कहें वाई एक्सिस सिंपल है है ना उस तरह पोजिशन टाइम ग्राफ की करना है दोबारा बना देना उदा ही बनाया ठीक है एक्स वाई एक्सिस ये इधर वेगा ये रीजन दसागे बाद क्यों पर चलो इदा बनाती असी जी वाई एक्सिस है ਉੱਥੇ Y ਐਕਸਿਸ ਦੇ ਜਗ੍ਹਾ ਅਸੀਂ ਲਿਖ ਦੇਣਾ ਹੈ ਪੋਜੀਸ਼ਨ ਇੱਥੇ Y ਐਕਸਿਸ ਤੇ ਸਮਝਣਾ ਹੈ ਪੋਜੀਸ਼ਨ ਨੋਟ ਕਰ ਰਹੇ ਹਾਂ ਤੇ X ਐਕਸਿਸ ਤੇ ਲਿਖ ਦੇਣਾ ਹੈ ਟਾਈਮ ਨੋਟ ਕਰ ਰਹੇ ਹਾਂ ਟਾਈਮ ਚਲੋ ਥੋੜੇ ਯਾਦ ਵਾਸਤੇ ਕੀ ਹੈ X ਐਕਸਿਸ ਹੈ ਸਟਾਰਟਿੰਗ ਕਰ ਰਹੇ ਹੋ ਤਾਂ ਕਰਕੇ ਦੁਬਾਰਾ ਦੁਬਾਰਾ ਦੱਸ ਰਹੇ ਹਾਂ ਨਹੀਂ ਤਾਂ ਤੁਹਾਨੂੰ ਬਾਅਦ ਚ ਮੂਜ਼ਬਾਨੀ ਇਹ ਯਾਦ ਹੋ ਜਾਣਾ ਹੈ Y ਐਕਸਿਸ ਤੇ ਪੋਜੀਸ਼ਨ ਲਿਖਦੇ ਜਾਓ ਠੀਕ ਹੈ असी की टाइम एंड पोजिशन इतों कू सकते कि हो टी जीरो ते की जीरोन है टी जीरो ते की पोजिशन नोट कर लीए चलो एक छोटा जि टेबल जहा बना दीए इतने बना देना थले जब मान लो इत टाइम लिख रहा हाँ तो इतें पोजिशन लिख रहे ठीक है जिद करके सा डायग्राम ईजी हो जाए चलो टी जीरो जो जीरो टी जो जीरो सीगा, है ना जो असी रिकॉर्ड करना शुरू किया पोजिशन की, था, की सीगी? जीरो। उपन्दा जीरो था सी जीरो बंद जीरो खलोता सी जो टी वन पोजीशन की हो गई वन हो गई बहुत सिंपल है चलो ये भी सिंक सौखा ही इंकलिया जदो टाइम टू सैकेंड हो गया वह पोजिशन टू ते पहुँच गया अच्छा टू तो टू आ, थ्री थे, थ्री तो होएगा दसो थ्री तो थ्री कि सिंपल है थ्री तो थ्री देखो टी थ्री 3 ਪੋਜੀਸ਼ਨ ਫਿਰ ਜਿਹੜਾ ਚੌਥਾ ਸੈਕਿੰਡ ਦੇਖਦੇ ਆਂ 4 ਸੈਕਿੰਡ ਤੇ ਕਿੱਥੇ ਪਹੁੰਚ ਜਾਂਦਾ ਹੈ ਦੇਖੋ 4 ਸੈਕਿੰਡ ਤੇ ਪਹੁੰਚ ਜਾਂਦਾ ਹੈ ਪੁਸ਼ ਵਾਪਸ ਆ ਕੇ ਪੋਜੀਸ਼ਨ 2 ਅਸੀਂ ਦੇਖਿਆ ਟਾਈਮ 4 ਦੇ ਪੋਜੀਸ਼ਨ ਹੋਣੀ ਚਾਹੀਦੀ ਹੈ 2 ਠੀਕ ਹੈ ਉਹਦੇ ਬਾਅਦ 5 ਤੇ ਪਹੁੰਚਦਾ ਹੈ ਦੇਖੋ T5 ਤੇ ਕਿੱਥੇ ਪਹੁੰਚ ਗਿਆ ਹੈ ਪੋਜੀਸ਼ਨ 1 ਤੇ ਇਹਨਾਂ ਦਾ ਕੱਢ ਹੀ ਸਕਦੇ ਸੀ ਮੈਂ ਤੁਹਾਨੂੰ ਕਹਾਂ ਜੇ ਤੁਸੀਂ ਇੰਨਾ ਕੰਮ ਕਰ ਲਿਆ ਤੁਹਾਡਾ ਪੋਜੀਸ਼ਨ ਟਾਈਮ ਬਰਾ ਬਣ ਗਿਆ ਬਸ ਇੰਨੀ ਕੀ ਗਲਤੀ ਕਿ ਕਿਹੜੀ ਪੋਜੀਸ਼ਨ ਕਿਹੜੇ ਟਾਈਮ ਤੇ ਸੀਗੀ ਉਹ ਨੋਟ ਕਰਨੀ ਸੀਗੀ ਹੁਣ ਉਦਾਂ ਹੀ ਜਿੱਦਾਂ ਅਸੀਂ ਸਮਝਿਆ ਹੈ ਟਾਈਮ ਨੂੰ ਮੰਨ ਲਓ ਐਕਸ ਐਕਸਿਸ ਪੋਜੀਸ਼ਨ ਨੂੰ ਮੰਨ ਲਓ ਵਾਈ ਐਕਸਿਸ ਯਾਨੀ ਕਿ ਇਹ ਤੁਹਾਨੂੰ ਥੱਲੇ ਦਿੱਤੇ ਗਏ ਪੋਜੀਸ਼ਨ ਦੇ ਪੁਆਇੰਟਸ ਯਾ ਵਾਈ ਐਕਸਿਸ ਦੇ ਪੁਆਇੰਟਸ ਤੇ ਜਿਹੜੇ ਟਾਈਮ ਦੇ ਥੱਲੇ ਹਨ ਉਹ ਐਕਸ ਐਕਸਿਸ ਤੇ ਪਾਣੇ ਹਨ ਯਾਨੀ ਕਿ ਤੁਸੀਂ ਰਿਵਾਈਜ਼ ਕਰੋ x y ਐਕਸਿਸ ਕਿੱਦਾਂ ਕਰਦੇ ਸੀ ਇੱਥੇ ਇੱਥੇ ਕੋਈ ਨੰਬਰ ਪਾ ਦਵਾਂ ਜਿਵੇਂ ਇਹ 0 ਹੈ 1 2 3 4 5 ਇਦਾਂ ਹੀ ਇੱਥੇ ਵੀ ਮੈਂ ਆਹਦੀ ਕਾਪੀ ਲੈ ਲੈਣੀ ਹੈ ਜਿਹਦੇ ਕਰਕੇ ਪ੍ਰੈਕਟਿਸ ਨਾਲ-ਨਾਲ ਕਰੀ ਜਾਵੋ ਤਾਂ ਆ ਸਕਦੇ ਹੋ 0,0 ਕਿੱਥੇ ਹੈ ਇੱਥੇ আচ্ছা 1,1 ਕਿੱਥੇ ਹੈ ਇੱਥੇ আচ্ছা 2,1 ਕਿੱਥੇ ਹੈ ਕਿਸ ਤਰ੍ਹਾਂ ਪਤਾ ਲਾ ਰਿਹਾ ਮੈਂ ਤੂੰ ਜਿਹੜਾ ਪਹਿਲੇ ਬੋਲ ਰਿਹਾ ਉਹ ਐਕਸ ਐਕਸਿਸ ਦਾ ਪੁਆਇੰਟ ਹੋਣਾ ਇਹ ਤੋਂ ਮੈਥ ਦੀ ਕਾਪੀ 'ਚ ਪੂਰੀ ਲਾਈਨ ਆਂਦੀ ਹੈ ਤੇ ਉਹਦੇ ਬਾਅਦ ਬੋਲ ਰਿਹਾ 1 0 1 Y ਐਕਸਿਸ 'ਤੇ ਆਉਣਾ ਹੈ ਜਿਹੜਾ ਇਹ ਕਰਾਸ ਸੈਕਸ਼ਨ ਤੁਹਾਨੂੰ ਮੈਥ ਦੀ ਕਾਪੀ 'ਚ ਮਿਲਦਾ ਹੈ ਇਹ ਪੁਆਇੰਟ ਦੀ ਗੱਲ ਹੋ ਰਹੀ ਹੈ ਠੀਕ ਹੈ A ਪੁਆਇੰਟ ਕਿਹੜਾ ਹੋਇਆ 1, 1 ਥੋੜਾ ਜਿਹਾ ਰਿਵੀਜ਼ਨ ਪੁਰਾਣੀਆਂ ਕਲਾਸਾਂ ਦਾ 2, 1 ਠੀਕ ਹੈ ਇਦਾਂ ਹੀ ਕੀ ਇਹ ਸਾਰੇ ਪੁਆਇੰਟ ਤੁਸੀਂ ਡਰਾ ਕਰ ਸਕਦੇ ਹੋ ਜਿਹੜੇ ਅਸੀਂ ਇੱਥੇ ਲਾਏ ਇਹ ਕੁਐਸਚਨ ਹੈ ਚਲੋ एक डायग्राम बना लें हमू बिल्कुल नाल रखते हैं इस टेबल टेबलू एक इतजिशन टाइम ग्राफ बना है यी एक्स एक्सिस बनाती वाई एक्सिस नंबर दे लिए ये जीरो है जीरो वन टू थ्री फोर फाइव मैं फाइव तक क्यों रुक गया क्योंकि टाइम देखो पाँच सैकंड तक ही है तो ता टाइम जोड़ा है वो एक्स एक्सिस की थान लिखता हूँ लिखने की जरूरत नहीं एक्स एक्सिस स्टार्टिंग लिख लो भावे थोड़ा कन्फ्यूजन होंगी बीता हूँ इतने पोजिशा वास्ते भी मार्किंग कर लें वन टू थ्री फोर फाइव ठीक है य है सर यजिशन है वाई एक्सिस लिखण की जरूरत नहीं हम समझ गए ये साढ़ा हूँ तैयार होना है पोजिशन टाइमग्राफ देखो ਹੁਣ ਇਹ ਟੇਬਲ ਜਾਂ ਇੱਥੋਂ ਹੀ ਅੰਡਰਸਟੈਂਡਿੰਗ ਹੋ ਜਾਂਦੀ ਸਾਡੀ ਅਸੀਂ ਸਿਰਫ 5 ਸੈਕਿੰਡ ਤੱਕ ਕਰ ਰਹੇ ਹਾਂ ਅਗਲੇ ਸਟੈਪ ਨਹੀਂ ਕਰ ਰਹੇ ਸਮਝਣ ਵਾਸਤੇ ਹਾਲੇ ਤੱਕ ਇਹ ਮੈਂ ਸਟੈਪ ਜਿਹੜੇ ਬਾਅਦ ਚ ਉਹ ਇਹ ਮੈਂ ਮਿਟਾ ਦੇਣਾ ਜਿਹੜੇ ਕੰਫਿਊਜ਼ਨ ਨਾ ਹੋਵੇ ਇੱਥੇ ਤੱਕ ਹੀ ਪਹੁੰਚਿਆ ਤਾਂ ਇਹ ਤਾਂ ਫਿਗਰ ਦੇਖ ਕੇ ਅਸੀਂ ਅੰਦਾਜ਼ਾ ਲਾ ਲਿਆ ਕਿੱਥੇ ਕਿੱਥੇ ਜਾ ਰਿਹਾ ਹੈ ਯਾ ਉਹਦਾ ਇੱਕ ਚੰਗੀ ਤਰ੍ਹਾਂ ਅਸੀਂ ਕੀ ਬਣਾ ਲਿਆ ਇੱਕ ਟੇਬਲ ਬਣਾ ਲਿਆ ਜਿਥੇ ਕਰਕੇ ਸਾਨੂੰ ਪੁਆਇੰਟ ਲਾਣਾ ਬੜਾ ਆਸਾਨ ਹੋਵੇ ਹੁਣ ਕੀ ਹੈ ਅਸੀਂ ਇਹ ਪੁੱਛਦੇ ਪਏ ਹਾਂ 0,0 ਇੱਥੇ ਲਾ ਸਕਦੇ ਹੋ ਉਨੂੰ ਰਾਉਂਡ ਕਰੀ ਜਾਓ ਇਹ ਆ ਨਾ ਪਹਿਲਾ ਪੁਆਇੰਟ ਦੇਖੋ ਐਕਸ ਐਕਸੀਸ ਤੇ ਜ਼ੀਰੋ ਤੇ ਵਾਈ ਐਕਸੀਸ ਤੇ ਵੀ ਜ਼ੀਰੋ ਇਹ ਪੁਆਇੰਟ ਇੱਥੇ ਲਾਤਾ ਦੂਜਾ ਪੁਆਇੰਟ ਜਾ ਸਕਦੇ ਹੋ ਕੀ ਬਣੇਗਾ ਕੋਆਰਡੀਨੇਟ 1,1 ਠੀਕ ਹੈ ਨਾ 1,1 ਮੈਂ ਅੱਧੀ ਕਾਪੀ ਚ a ਲਾਈਨ ਦੇਖੋ a1 ਗਿਆ ਐਕਸ ਐਕਸੀਸ ਦਾ a1 ਆਇਆ ਵਾਈ ਐਕਸੀਸ ਦਾ ਮਿਲ ਕੇ a ਪੁਆਇੰਟ ਉਦਾਂ ਅੱਗੇ 2,2 ਉੱਥੇ ਵੀ ਲਾ ਲਿਆ 3,3 ਅੱਗੇ ਧਿਆਨ ਨਾਲ फोरते जो टाइम फोर होन कि है टू है जदों फोर देखो ए है पोजिशन की होनी है टू होनी है तो इतने आना है ठीक है ना हूँ फाइव थे की पोजिशन है फाइव कौम वन होएगा इधर होएगा हूँ असी सिंपली इन सारे पॉइंटा मिला देना है ये इतने तक क्योंकि सीधे लैंड ही तो ये इत ਇਹ ਜਿਹੜਾ ਤੁਸੀਂ ਗ੍ਰਾਫ ਜਾਂ ਲਾਈਨ ਬਣਾਈ ਇਹਨੂੰ ਹੀ ਅਸੀਂ ਕਹਿੰਦੇ ਹਾਂ ਦਿਸ ਇਜ਼ ਦਿਸ ਇਜ਼ ਇਹ ਜਿਹੜੀ ਲਾਈਨ ਹੈ ਸਫੇਦ ਕਲਰ ਦੀ ਇਹ ਇਹ ਲਾਈਨ ਇਹਨੂੰ ਅਸੀਂ ਕਵਾਂਗੇ ਪੋਜੀਸ਼ਨ ਟਾਈਮ ਗ੍ਰਾਫ ਇਹ ਕੀ ਇਨਫੋਰਮੇਸ਼ਨ ਦੇ ਰਿਹਾ ਬੇਟਾ ਇਹ ਪੋਜੀਸ਼ਨ ਟਾਈਮ ਦੇ ਹਿਸਾਬ ਨਾਲ ਕਿਦਾਂ ਹੈ ਉਹ ਇੱਕ ਗ੍ਰਾਫ ਨਾਲ ਦੱਸ ਰਿਹਾ ਹੈ ਦਿਸ ਇਜ਼ ਦਾ ਗ੍ਰਾਫ ਲਾਈਨ ਵਾਈਟ ਕਲਰ ਲਾਈਨ ਇਹ ਰਿਲੇਸ਼ਨ ਦੱਸੇਗੀ ਅਸੀਂ ਹੁਣ ਜੇ ਇਹ ਟੇਬਲ ਭੁੱਲ ਜਾਈਏ ਜੇ ਇਹ ਸਾਰਾ ਚੱਕਰ ਜਿਹੜਾ ਅਸੀਂ ਬਣਾਉਂਦੇ ਪਏ ਸੀ ਬੰਦਾ ਇੱਧਰ ਗਿਆ ਉੱਧਰ ਗਿਆ ਉਹ ਐਰੋ ਬਣਾਉਂਦੇ ਪਏ ਸੀ ਹੁਣ ਜੇ ਸਿਰਫ ਇਸ ਟੇਬਲ ਇਸ ਪੋਜੀਸ਼ਨ ਟਾਈਮ ਗ੍ਰਾਫ ਨੂੰ ਫੋਕਸ ਕਰੋ ਤੁਹਾਨੂੰ ਨਾ ਕੁਐਸਚਨ ਪੜ੍ਹਨ ਦੀ ਜ਼ਰੂਰਤ ਹੈ ਨਾ ਮੂਵਮੈਂਟ ਯਾਦ ਰੱਖਣ ਦੀ ਜ਼ਰੂਰਤ ਹੈ ਨਾ ਕਨਫਿਊਜ਼ ਹੋਣ ਦੀ ਬਿਲਕੁਲ ਕਲੈਰਿਟੀ ਹੈ ਹント ਤੁਸੀਂ ਮੈਨੂੰ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ ਤੁਸੀਂ ਸਿੱਧੇ ਪੁੱਛਿਆ ਯਾਰ ਇਹ ਦੱਸਣਾ ਕਿ ਜਦੋਂ 4 ਸੈਕਿੰਡ ਟਾਈਮ ਉਸੇ ਪੋਜੀਸ਼ਨ ਕੀ ਸੀ ਮੈਂ ਜਾਣਾ ਜੀ 4 ਤੇ ਐਕਸ ਐਕਸਿਸ ਤੇ ਫਿਰ ਇੱਥੇ ਦੇਖਿਆ ਜਦੋਂ ਲਾਈਨ ਟਕਰ ਆ ਗਈ ਉਹਦੇ ਫਿਰ ਇਧਰਲੇ ਪਾਸੇ ਚਲੇ ਗਏ ਟੂ ਪੋਜੀਸ਼ਨ ਹੈ ਭਾਈ ਠੀਕ ਹੈ ਨਾ ਸਭ 5 ਤੇ ਕਿੰਨੀ ਪੋਜੀਸ਼ਨ ਹੈ 5 ਤੇ ਟਾਈਮ ਵੇਖਿਆ ਉੱਪਰ ਗਏ ਇਹ ਲਾਈਨ ਜਿੱਥੇ Y ਐਕਸਿਸ ਚ ਕੀ ਹੈ ਪੋਜੀਸ਼ਨ ਮਿਲੇਗੀ ਤਾਂ ਮੈਨੂੰ ਉਹ ਪੋਜੀਸ਼ਨ ਦੇ ਕੇ ਮੈਂ ਬੋਲਾਂਗਾ 1 ਸਿੰਪਲ ਹੈ ਕਿੰਨੀ ਵਧੀਆ ਇਨਫੋਰਮੇਸ਼ਨ ਇਹ ਦੇ ਰਿਹਾ ਹੈ सिर्फ प्रैक्टिस की गल है एक क्वेश्चन होर टेबल ही थोड़ा डायैक्टली वो बंदी बना के मैं दसाता जिमें टाइम इदा है और पोजिशन इदा है ठीक है उधर डाटा की है टाइम मान लो जीरो वन टू थ्री फोर फाइव तक ही ले सैकंड की गल है जीरो तो जीरो सी ठीक है वन तो वन पोजिशन टू तो टू पोजिशन 3 ਤੇ b2 ਪੋਜੀਸ਼ਨ 4 ਤੇ b2 ਪੋਜੀਸ਼ਨ ਤੇ 5 ਤੇ ਫੇਰ 1 ਹੈ ਨਾ ਹੁਣ ਵੈਲਿਊ ਜਿੱਦਾਂ ਮਰਜ਼ੀਆਂ ਸੀ ਘਰਉਣਾ ਨਹੀਂ ਸਾਡਾ ਕੰਮ ਕੀ ਹੈਗਾ ਸਾਨੂੰ x y ਐਕਸਿਸ ਬਣਾਉਣਾ ਨਹੀਂ ਹੈ ਕਿ ਨਹੀਂ ਬਸ وہی ਆਨਸਰ ਹੋਣਾ ਹੈ ਆਂਦੀਆਂ ਕਿ ਨਹੀਂ ਯਸ ਸਰ ਆਰਾਮ ਨਾਲ ਬਣਾ ਸਕਦੇ ਆ ਇੱਕ ਥੇਕ ਲਾਈਨ ਬਣਾਤੀ ਇਹ ਅਸੀਂ ਕੀ ਤਿਆਰ ਕਰ ਰਹੇ ਆ ਆਪਣਾ ਫਰੇਮ ਆਫ ਰੈਫਰੈਂਸ ਹੈ ਨਾ ਜਿੱਥੇ ਕੋਆਰਡੀਨੇਟ ਵੀ ਹੋਵੇ ਤੇ ਸਾਡੇ ਟਾਈਮ ਵੀ ਹੋਵੇ ਆਹ ਦੇਖੋ 0 1 2 थ्री फोर फाइव एक्स एक्सिस से की होएगा टाइम होएगा याद रखना ठीक है ना अच्छा इतने हम लिख देना वन टू थ्री फोर ये मैं कि लिख रहा यह मैं पोजिशन लिख रहा हाँ ध्यान रखना इस चीज़ का वाई एक्सिस से पोजिशन होनी यहन, है टाइम कितें होना है टाइम होना है एक्स एक्सिस से हूँ बे जीरोम जीरो, जीरो कितने है बस ऐसे ही लाई जाने सिंपल अराउंड जीरो कॉमा जीरो ए है वन कॉमा वन ए है अच्छा टू कोमा टू कितें है ਏ ਸੋਰੀ 2,2 2 ਉੱਤਰ ਗਿਆ ਨਾ ਤਾਂ ਅਸੀਂ ਕਨਫਿਊਜ਼ ਹੋਵਾਂਗੇ ਤਾਂ ਦੇਖ ਲਾਂਗੇ ਦੋਨੋਂ ਮੈਥ ਦੀ ਕਾਪੀਆਂ ਜਿੱਥੇ ਲਾਈਨਾਂ ਮਿਲਦੀਆਂ ਹੁਣ 2 ਦੀ ਲਾਈਨ 10 ਦੀ ਤੇ 2 ਦੀ ਪੋਜੀਸ਼ਨ ਦੀ ਲਾਈਨ ਇੱਥੇ ਇੰਟਰਸੈਕਟ ਹੋਏਗੀ ਇੱਥੇ ਰਾਉਂਡ ਲਾਣਾ ਹੈ ਅਸੀਂ ਜੇ ਕਨਫਿਊਜ਼ ਹੋਗੇ ਤਾਂ ਅਸੀਂ ਮੈਥ ਦੀ ਜਿਹੜੀ ਲਾਈਨਾਂ ਹਨ ਉਹਦੀਆਂ ਹੈਲਪ ਉਹਦੀ ਹੈਲਪ ਜ਼ਰੂਰ ਲੈ ਸਕਦੇ ਹਾਂ ਹੁਣ ਦੇਖੋ 2,2 ਕਰ ਲਿਆ 3 ਤੇ ਵੀ 2 ਚਲੋ ਜਦੋਂ 3 ਗਿਆ ਇਹ 3 ਦੀ ਲਾਈਨਾਂ ਟਾਈਮ ਦੀ ਉੱਥੋਂ ਆਈ ਪੋਜੀਸ਼ਨ ਦੀ ਲਾਈਨ ਇੱਥੇ ਕੱਟ ਗਈ ਏ ਸਾਡਾ ਬਣ ਗਿਆ 3.2 ਅੱਛਾ 4.2 ਨੈਕਸਟ ਪੁਆਇੰਟ ਵੀ ਸਾਹਮਣੇ 5.1 5.1 ਠੀਕ ਹੈ ਤੇ ਯਾਨੀ ਕਿ ਸਿਰਫ ਅਸੀਂ ਰਾਉਂਡ ਕੀਤਾ ਉਹਦੇ ਬਾਅਦ ਕੀ ਕਰਨਾ ਹੈ ਸਭ ਤੋਂ ਸਿੰਪਲ ਕੰਮ ਇਹਨਾਂ ਨੂੰ ਲੈ ਆਨ ਮਿਲਾ ਦੇਣਾ ਹੈ ਕਿਉਂਕਿ ਸਿਰਫ ਪੁਆਇੰਟ ਜਿਹੜੇ ਹੈ ਉਹ ਗ੍ਰਾਫ ਨਹੀਂ ਦੇ ਰਹੇ ਇੱਥੇ ਇਹ ਜਿਹੜੀ ਲਾਈਨ ਬਣੇਗੀ ਇਹਨਾਂ ਪੁਆਇੰਟ ਨੂੰ ਮਿਲਾ ਕੇ ਉਹਨੂੰ ਅਸੀਂ ਪੋਜੀਸ਼ਨ ਟਾਈਮ ਗ੍ਰਾਫ ਕਰਾਂਗੇ ਠੀਕ ਹੈ ਤਾਂ ਇਦਾਂ ਅਸੀਂ ਬਣਾ ਸਕਦੇ ਹਾਂ ਬਹੁਤ ਸਿੰਪਲ ਹੈ ਹੁਣ ਤੁਹਾਨੂੰ ਮੈਂ ਥੋੜੀ ਜੀ ਐਕਸਰਸਾਈਜ਼ ਦੇ ਰਹੇ ਹਾਂ ਹਾਲੇ ਤੱਕ ਅੱਜ ਤੱਕ ਆਮ ਇਹ ਹੈ ਕਿ ਅਸੀਂ ਉਹ ਜਿਹੜੇ ਪੁਆਇੰਟਸ ਹਨ ਕੋਆਰਡੀਨੇਟਸ ਹਨ ਉਹ ਡਰਾ ਕਰ ਸਕੀਏ ਉਹ ਤੁਸੀਂ ਨੋਟ ਕਰ ਲੈਣੇ ਹਨ 8 ਕੁਐਸਚਨ ਤੁਹਾਨੂੰ ਦੇ ਰਹੇ ਹਾਂ ਉਹ ਤੁਸੀਂ ਆਪਣੀ ਕਾਪੀਆਂ 'ਚ ਬਿਲਕੁਲ ਕਲੀਅਰ ਤਰੀਕੇ ਨਾਲ ਟੇਬਲ ਦੇ ਰਹੇ ਹਾਂ ਜਿਹਦੇ ਕਰਕੇ ਤੁਸੀਂ ਸਿਰਫ ਕੋਆਰਡੀਨੇਟ ਪਾਣੇ ਹਨ ਫਿਰ ਲਾਈਨ ਨਾਲ ਮਿਲਾਣੇ ਹਨ ਤੇ ਕੱਲ ਕਲਾਸ 'ਚ ਵਿਖਾਣੇ ਹਨ